ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ? ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤਾਂ ਰਾਜੇ, ਤੁਹਾਡੇ ਵਾਸਤੇ ਹਰ ਵਾਰ ਦੀ ਤਰ੍ਹਾਂ ਇੱਕ ਬਹੁਤ ਹੀ ਵਧੀਆ ਅਪਡੇਟ ਲੈ ਕੇ ਆਇਆ ਤੁਹਾਡੇ ਵਾਸਤੇ ਅਤੇ ਸਾਰੇ ਕੈਂਡੀਡੇਟਾਂ ਨੇ ਰਾਜੇ ਵੀਡੀਓ ਦੇ ਵਿੱਚ ਬਣੇ ਰਹਿਣਾ, ਕਿਸੇ ਬੱਚੇ ਨੇ ਵੀਡੀਓ ਸਕਿੱਪ ਨਹੀਂ ਕਰਨੀ। ਠੀਕ ਹੈ ਜੀ। PSSSB ਦੁਆਰਾ ਇੱਕ ਨਵੀਂ ਭਰਤੀ ਕੱਢੀ ਗਈ ਸੀ ਰਾਜੇ। ਠੀਕ ਹੈ ਜੀ, ਬਿਲਕੁਲ ਨਿਊ ਭਰਤੀ ਕੱਢੀ ਗਈ ਸੀ। ਉਹਦੇ ਬਾਰੇ ਕੁਝ ਕੁ ਇੱਕ ਨੋਟਸ ਹੈ ਜਿਹੜਾ ਹੁਣ ਡਿਪਾਰਟਮੈਂਟ ਨੇ ਇੱਕ ਨਵਾਂ ਜਾਰੀ ਕੀਤਾ ਗਾ, ਉਹਦੇ ਬਾਰੇ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ। ਠੀਕ ਹੈ ਜੀ, ਚੱਲਦੇ ਹਾਂ ਉਸ ਨੋਟਸ ਵੱਲ। ਉਸ ਤੋਂ ਪਹਿਲਾਂ ਰਾਜੇ, ਤੁਹਾਨੂੰ ਮੈਂ ਦੱਸਣਾ ਚਾਹੁੰਦਾਗਾ, ਜੇ ਕੋਈ ਕੈਂਡੀਡੇਟ, ਠੀਕ ਹੈ ਜੀ, ਵੀਡੀਓ ਦੇ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ, ਵੀਡੀਓ ਦੇ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ ਹੈ, ਜਾਂ ਪੰਜਾਬ ਪਟਵਾਰੀ ਦੀ ਜਿਹੜੀ 586 ਭਰਤੀ ਆ ਰਹੀ ਉਹਦੀ ਤਿਆਰੀ ਕਰਨਾ ਚਾਹੁੰਦਾ, ਠੀਕ ਹੈ ਜੀ, ਅਤੇ ਪੰਜਾਬ ਪੁਲਿਸ 2024 ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਡਰਾਈਵਰ ਦੀ ਭਰਤੀ ਆਈ ਹੈ ਉਹਦੀ ਤਿਆਰੀ ਕਰਨਾ ਚਾਹੁੰਦਾ ਰਾਜੇ, ਜਾਂ ਆਲ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ। ਸੀਨੀਅਰ ਅਸਿਸਟੈਂਟ ਰਾਜੇ, ਸਾਰਿਆਂ ਦਾ ਬੈਚ ਆ ਜਿਹੜਾ ਉਹ ਆਪਣਾ ਸ਼ੁਰੂ ਹੋ ਚੁੱਕਿਆ ਹੈਗਾ। ਜਿਹੜੇ ਕੈਂਡੀਡੇਟ ਰਾਜੇ ਨਵੇਂ ਹੈਗੇ ਉਹ ਇੱਕ ਬੈਚ ਜੁਆਇਨ ਕਰਕੇ, ਠੀਕ ਹੈ ਜੀ, ਅਤੇ ਵਧੀਆ ਢੰਗ ਨਾਲ ਦੀ ਤਿਆਰੀ ਕਰ ਸਕਦੇ ਆ। ਸਾਰੀਆਂ ਕਲਾਸਾਂ ਰਾਜੇ ਤੁਹਾਨੂੰ ਜਿਵੇਂ ਦੱਸਿਆਗਾ ਕਿ 0 ਲੈਵਲ ਤੋਂ ਹੋਣਗੀਆਂ, ਕਿਸੇ ਵੀ ਕੈਂਡੀਡੇਟ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਬਹੁਤ ਵਧੀਆ ਢੰਗ ਨਾਲ ਰਾਜੇ ਸਾਰੀਆਂ ਤਿਆਰੀਆਂ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਦੇ ਵਿੱਚ ਕਰਵਾਈਆਂ ਜਾਂਦੀਆਂ। ਜਿਹੜੇ ਬੱਚੇ ਐਂਡਰੋਇਡ ਫੋਨ ਵਾਲੇ, ਉਹਨਾਂ ਨੇ ਇਹ ਐਪ ਡਾਊਨਲੋਡ ਕਰ ਲੈਣੀ ਹੈ। ਜਿਹਨਾਂ ਬੱਚਿਆਂ ਕੋਲ ਆਈਫੋਨ, ਉਹਨਾਂ ਨੇ ਕਲਾਸ ਪਲੱਸ ਐਪ ਡਾਊਨਲੋਡ ਕਰ ਲੈਣੀ ਹੈ, ਅਰੇ ਕਲਾਸ ਪਲੱਸ ਵਾਲੇ ਕੋਡ ਵੀ ਫਿੱਲ ਕਰਨਾ XXX। ਜੇਕਰ ਕਿਸੇ ਕਹਿੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਆ, ਨੰਬਰ 'ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। ਚਲੋ ਰਾਜੇ, ਹਾਂ ਰਾਜੇ, ਤਾਂ ਇਹ ਜਿਹੜਾ ਇਸ਼ਤਿਹਾਰ ਨੰਬਰ ਹੈ ਇਹ ਹੈਗਾ ਆਪਣਾ 6/2023। ਇਹ ਤੁਹਾਨੂੰ ਪਤਾ ਰਾਜੇ, ਜਿਹੜੀਆਂ ਇਹ ਵੈਕੈਂਸੀਆਂ ਸੀ ਇਹ ਜੀ ਸਿਵਲ ਦੀਆਂ ਸੀ, ਅਤੇ ਇਹਦੇ ਵਿੱਚ ਸੀਨੀਅਰ ਸਹਾਇਕ, ਜਿਹਨੂੰ ਆਪਾਂ ਸੀਨੀਅਰ ਅਸਿਸਟੈਂਟ ਕਹਿ ਦਿੰਦੇ ਹਾਂ, ਅਤੇ ਇੰਸਪੈਕਟਰ, ਇਹਨਾਂ ਦੋਨਾਂ ਦੀਆਂ 345 ਅਸਾਮੀਆਂ ਦੀ ਇਹ ਭਰਤੀ ਹੋ ਰਹੀ ਸੀ। ਠੀਕ ਹੈ, ਅਤੇ ਬਹੁਤ ਕੈਂਡੀਡੇਟਾਂ ਨੂੰ ਇਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਸੀ ਕਿ ਬੱਚਿਆਂ ਦੀ ਫੀਸ ਦਾ ਇਸ਼ੂ ਬਹੁਤ ਜ਼ਿਆਦਾ ਆ ਰਿਹਾ ਸੀ। ਬੱਚਿਆਂ ਦੀ ਫੀਸ, ਮਤਲਬ ਬੱਚੇ ਫੀਸ ਭਰ ਚੁੱਕੇ ਆ, ਤਾਂ ਵੀ ਉਹਨਾਂ ਨੂੰ ਦੁਬਾਰਾ ਫੀਸ ਉਹਦੇ 'ਤੇ ਮੰਗੀ ਜਾ ਰਹੀ ਸੀ ਵੈਬਸਾਈਟ 'ਤੇ। ਠੀਕ ਹੈ ਜੀ, ਅਤੇ ਉਹਦੇ ਵਿੱਚੋਂ ਬਹੁਤ ਸਾਰੇ ਕੈਂਡੀਡੇਟਾਂ ਦਾ ਪ੍ਰੋਬਲਮ ਸੋਲਵ ਹੋ ਗਿਆ। ਬਹੁਤ ਸਾਰੇ ਕੈਂਡੀਡੇਟਾਂ ਦਾ ਜਿਹੜਾ ਪ੍ਰਿੰਟ ਆਊਟ ਸੀ ਉਹ ਨਿਕਲਣ ਲੱਗ ਗਿਆ, ਅਤੇ ਪਰ ਬਹੁਤ ਸਾਰੇ ਕੈਂਡੀਡੇਟਾਂ ਦਾ ਪ੍ਰਿੰਟ ਆਊਟ ਹਜੇ ਤੱਕ ਨਿਕਲ ਨਹੀਂ ਲੱਗਿਆ, ਜਿਹਦੇ ਕਰਕੇ ਕੈਂਡੀਡੇਟ ਕਾਫੀ ਚਿੰਤਾ ਦੇ ਵਿੱਚ ਸੀ। ਠੀਕ ਹੈ ਜੀ, ਤਾਂ ਕਰਕੇ ਡਿਪਾਰਟਮੈਂਟ ਦੇ ਜਿਹੜੀ ਇਹਦੀ ਡੇਟ ਹੈਗੀ ਅਪਲਾਈ ਕਰਨ ਦੀ ਡੇਟ ਦੇ ਵਿੱਚ ਵੀ ਵਾਧਾ ਕੀਤਾ। ਅਤੇ ਦੂਜੀ, ਦੇਖੋ ਅਸਾਮੀਆਂ ਦੀ ਔਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਜਿਹੜੀ ਉਹ 6/11 ਕਰਤੀ, ਜਿਹਦੇ ਕਰਕੇ ਤੁਹਾਡੀ ਫੀਸ ਭਰਨ ਦੀ ਮਿਤੀ 9/11 ਤੱਕ ਵਾਧਾ ਕਰ ਦਿੱਤਾ ਗਿਆ ਹੈਗਾ। ਠੀਕ ਹੈ ਜੀ, ਬਾਕੀ ਰਾਜੇ ਤੁਸੀਂ ਡੇਲੀ ਆਪਦੇ ਚੈੱਕ ਕਰਦੇ ਰਹੋ। ਬਹੁਤ ਬੱਚਿਆਂ ਦਾ ਡਿਮਾਂਡ, ਦੁਬਾਰੇ ਬੱਚਿਆਂ ਦਾ ਸਵਾਲ ਕੀ ਹੈ ਸਰ, ਅਸੀਂ ਦੁਬਾਰੇ ਫੀਸ ਭਰ ਦਈਏ? ਤਾਂ ਰਾਜੇ, ਜੇ ਤੁਸੀਂ ਦੁਬਾਰੇ ਫੀਸ ਭਰੋਗੇ ਫਿਰ ਵੀ ਕੋਈ ਪੱਕਾ ਪਤਾ ਨਹੀਂ ਹੈਗਾ, ਠੀਕ ਹੈ ਜੀ, ਕਿ ਇਹ ਤੁਹਾਡਾ ਮਤਲਬ ਉਹ ਸਹੀ ਕਰਨਗੇ ਕਿ ਨਹੀਂ ਕਰਦੇ। ਠੀਕ ਹੈ, ਤਾਂ ਕਰਕੇ ਆਪਦੇ ਹਿਸਾਬ 'ਤੇ ਨਾ ਭਰਿਓ, ਇਹ ਸਾਰਾ ਕੁਛ ਤੁਹਾਡੀ ਪ੍ਰੋਬਲਮ ਹੈ ਜਿਹੜੀ ਉਹ ਸੋਲਵ ਹੋਊਗੀ, ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ। ਠੀਕ ਹੈ ਜੀ, ਅਤੇ ਬਹੁਤ ਬੱਚੇ ਰਾਜੇ ਹਜੇ ਵੀ ਬੱਚਿਆਂ ਦੇ ਮੈਸੇਜ ਆਈ ਜਾਂਦੇ ਆ, ਕਹਿੰਦੇ ਜੀ ਵੈਬਸਾਈਟ ਖੁੱਲ੍ਹ ਨਹੀਂ ਰਹੀ। ਤਾਂ ਰਾਜੇ, ਮੈਂ ਸਭ ਤੋਂ ਪਹਿਲਾਂ ਡਿਪਾਰਟਮੈਂਟ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ ਇੰਨਾ ਤਕੜਾ ਸਟਾਫ ਹੈ ਕਿ ਤੁਸੀਂ ਇਹ ਛੋਟੀਆਂ ਮੋਟੀਆਂ ਗਲਤੀਆਂ ਕਿਉਂ ਕਰ ਰਹੇ ਹੋ? ਕਿਉਂ ਬੱਚਿਆਂ ਨੂੰ ਤੰਗ ਪਰੇਸ਼ਾਨ ਕੀਤਾ? ਨਾਲੇ ਤੁਸੀਂ ਇੱਕ ਪਾਸੇ ਬੱਚਿਆਂ ਨੂੰ ਫੀਸ ਲਈ ਬੈਠੇ ਹੋ, ਫੀਸ ਬੱਚੇ ਭਰੀ ਵੀ ਬੈਠੇ ਆ, ਤਾਂ ਵੀ ਉਹਨਾਂ ਨੂੰ ਕੋਈ ਕਿਤੇ ਵੈਬਸਾਈਟ ਬੰਦ ਹੋ ਜਾਂਦੀ ਹੈ ਤੁਹਾਡੀ, ਕਿਤੇ ਤੁਹਾਡੀ ਫੀਸ ਨਹੀਂ ਸ਼ੋਅ ਹੁੰਦੀ, ਕੋਈ ਪੋਸਟ ਇਹੋ ਜਿਹੀ ਹੈਗੀ ਜਿਹਦੀ ਤੁਸੀਂ ਡੇਟ ਨਾ ਵਧਾਈ ਹੋਵੇ। ਠੀਕ ਹੈ, ਤਾਂ ਇਹ ਜਿਹੜੀਆਂ ਤੁਹਾਡੀਆਂ ਕਮੀਆਂ ਪੇਛੇ ਹੈ ਇਹਨੂੰ ਦੂਰ ਕਰੋ ਜੀ। ਤੁਸੀਂ ਜਦੋਂ ਬੱਚਿਆਂ ਤੋਂ ਹਜ਼ਾਰ ਰੁਪਇਆ ਫੀਸ ਲੈ ਲੈਂਦੇ ਹੋ, ਤਾਂ ਤੁਹਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਵਧੀਆ ਸਰਵਿਸ ਵੀ ਦੇ ਦਿੰਦਾ ਇੱਕ। ਠੀਕ ਹੈ, ਅਤੇ ਰਾਜੇ ਤਾਂ ਕਰਕੇ ਇਹ ਪ੍ਰੋਬਲਮ ਥੋੜ੍ਹੀ ਆ ਰਹੀ ਹੈ, ਅਤੇ ਵੈਬਸਾਈਟ ਇਸ਼ੂ ਹੈਗਾ, ਪਤਾ ਨਹੀਂ ਕਿਉਂ ਇਹ ਠੀਕ ਕਿਉਂ ਨਹੀਂ ਕਰਵਾਉਂਦੇ, ਕਿੰਨੇ ਚੜ੍ਹਦੀ ਹੈ, ਕੋਈ ਇੱਕ ਅੱਧੇ ਦਿਨ ਦੀ ਪ੍ਰੋਬਲਮ ਹੋਵੇ ਤਾਂ ਬੰਦਾ ਮੰਨ ਲਏ। ਠੀਕ ਹੈ, ਤਾਂ ਕਰਕੇ ਹੁਣ ਮੈਨੂੰ ਇਹ ਲੱਗਦਾ ਕਿ ਆਹ ਡੇਟ ਤੋਂ ਬਾਅਦ ਇਹ ਡੇਟ ਹੋਰ ਵਧਾਉਣਗੇ, ਫਿਰ ਇਹ ਡੇਟਾਂ ਵਧਾਉਂਦੇ ਵਧਾਉਂਦੇ ਮੈਨੂੰ ਲੱਗਦਾ ਪੇਪਰ ਤਾਂ ਫਿਰ ਬਹੁਤ ਦੂਰ ਚਲਿਆ ਜਾਣਾ ਬੱਚਿਆਂ ਦਾ, ਅਤੇ ਡਿਪਾਰਟਮੈਂਟ ਉਹਦੀਆਂ ਚੀਜ਼ਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਰਾਜੇ। ਅਤੇ ਬਾਕੀ ਰਾਜੇ, ਇਹਨਾਂ ਨੇ ਹਜੇ ਨਹੀਂ ਭਰੀ ਗਈ ਫੀਸ, ਅਤੇ ਇੱਕ ਬੱਚੇ ਨੇ ਕੱਲ੍ਹ ਹੋਰ ਭੇਜਿਆ ਸੀ ਕਹਿੰਦਾ ਸਾਡੀ ਫੀਸ ਨਹੀਂ ਭਰੀ ਜਾ ਰਹੀ, ਉੱਪਰ ਨਾ ਉਹਦੇ SBI ਦੀ ਪ੍ਰੋਬਲਮ ਆ ਰਹੀ ਹੈ ਰਾਜੇ, ਉਹ ਵੀ ਵੈਬਸਾਈਟ ਪ੍ਰੋਬਲਮ ਹੀ ਇਹਨਾਂ ਦੀ। ਠੀਕ ਹੈ ਜੀ, ਘਬਰਾਉਣ ਦੀ ਲੋੜ ਨਹੀਂ ਹੈਗੀ, ਵੇਟ ਕਰੀ ਚੱਲੋ। ਜੇਕਰ ਕੋਈ ਕੈਂਡੀਡੇਟ ਰਾਜੇ ਆਪਦੇ ਫਾਰਮ ਆ ਭਰਦਾ, ਤਾਂ ਜੇ ਤੁਸੀਂ ਕੋਈ ਵੀ ਫੀਸ ਭਰਨੀ ਹੈ ਜ਼ਿਆਦਾ ਸਵੇਰੇ ਭਰਨ ਦੀ ਕੋਸ਼ਿਸ਼ ਕਰੋ, ਜਮ੍ਹਾਂ ਸਵੇਰੇ, ਅਤੇ ਜਾਂ ਤੁਸੀਂ ਰਾਤ ਦੇ 10-11 ਵਜੇ ਤੋਂ ਬਾਅਦ ਭਰਨ ਦੀ ਕੋਸ਼ਿਸ਼ ਕਰਿਓ, ਅਤੇ ਉਹਦਾ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਫਾਇਦਾ ਹੋ ਸਕਦਾ ਹੈਗਾ। ਠੀਕ ਹੈ ਰਾਜੇ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ।